ਸਰਦਾਰ ਕੁਲਵੰਤ ਸਿੰਘ ਜੀ ਬਿੱਲੂ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੰਨਣ ਵਾਲੀ ਸਿੱਖਿਆ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਸ ਤੋਂ ਮਗਰੋਂ ਮਾਤੀ ਕਿਸੇ ਪਤਾ ਨੀ ਕਿਤੇ ਚੌਥੇ ਨੰਬਰ ਤੇ ਕੋਈ ਬੰਦਾ ਆਉਂਦਾ। ਫਿਰ ਦਰਬਾਰੀ ਗੋਲੀ ਚੱਲੀ, ਦੋ 250 ਆਦਮੀ, ਸਿਰਫ 250 ਆਦਮੀ ਸ਼ੱਕ ਤੋਂ ਬੰਦ ਹੋ ਗਏ। ਰਾਤ ਨੂੰ ਪਾਠ ਕਰ ਲਿਆ, ਸਰ ਦਾ ਪਾਠ ਕਰ ਲਿਆ, ਕੀਰਤਨ ਸੋਹਣੇ ਦਾ ਪਾਠ ਕਰ ਲਿਆ, ਚੱਲ ਪੁਲਿਸ ਆਈ। ਉਹਨਾਂ ਨੇ ਇਹ ਵੀ ਕਿਹਾ ਤੁਸੀਂ ਭੱਜ ਜਾਓ, ਉਹਨਾਂ ਨੇ ਇਹ ਵੀ ਕਿਹਾ ਵੀ ਗੋਲੀ ਚੱਲ ਲੱਗੀ ਹੈ, ਤੁਸੀਂ ਲਾਂਭੇ ਹੋ ਜਾਓ ਕਿਸੇ ਨੇ ਕੁਝ। ਉਹਨਾਂ ਨੇ ਕੁਝ ਨੀ ਕੀਤਾ, ਅੰਦੇ ਵਾਹ ਉਹਨਾਂ ਦੇ ਗੋਲੀਆਂ ਚਲਾ ਦੀਆਂ। ਦੋ ਸ਼ਹੀਦ ਹੋ ਗਏ, ਤਿੰਨ ਚਾਰ ਜਿਹੜੇ ਲੋਕ ਨੇ ਉਹ ਚਲੇ ਫੱਟੜ ਹੋ ਗਏ, ਉਹ ਹੁਣ ਹਿਲ ਨਹੀਂ ਸਕਦੇ। ਤੇ ਜਦੋਂ ਸਾਹਿਬ ਜੇ ਲੋਕ ਨਜ਼ਾਰੇ ਕਰਦੇ ਸੀ ਛੱਪਣ ਆ ਗਏ ਸੀ ਸੱਚੇ ਸੌਦੇ ਵਾਲੇ, ਉਦੋਂ ਕਿਸੇ ਨੇ ਡੰਡਾ ਨੀ ਬੋਲ ਸਕਦੇ ਮਾਰਿਆ। ਹੁਣ ਲੋਕ ਕਹਿੰਦੇ ਵੀ ਤੁਸੀਂ ਬੋਲਦੇ ਨੀ ਲੈ, ਅਸੀਂ ਤਾਂ ਬੋਲਦੇ ਹੈ। ਜੇ ਸਾਹਿਬ ਮਾਫ਼ ਕੀਤਾ ਉਹਨੂੰ ਬੋਲੇ ਬੋਲਦੇ ਨਹੀਂ, ਅਸੀਂ ਤਾਂ ਡਰਦੇ ਹੈ। ਕੋਈ ਪਤਾ ਪਾਏਗਾ ਨਹੀਂ, ਪੁੱਛੇ ਜਾਂਦੇ ਨਹੀਂ, ਸਿੱਧੇ ਜਾਂਦੇ ਹੈ। ਬੇੜਾ ਗਰਕ ਪਹੁੰਚੇ ਲਿਆ ਜੋ, ਬੇੜਾ ਗਰਕ ਪਹੁੰਚੇ ਲਿਆ ਜੋ, ਇਹ ਕੁਰਬਾਨੀ ਵਾਲੇ ਲੋਕਾਂ ਦੀ ਪਾਰਟੀ। ਇਹ ਤੁਸੀਂ ਇਹਦੇ ਰਾਤ ਪਾਰ ਕੀਤੇ ਨੇ, ਨੰਦ ਲੁੱਟੇ ਨੇ, ਪਾਰਟੀ ਮਾਰਦਿਆਂ ਲੱਗੇ ਜੋ ਬਚਾਓ ਬਚਾਓ ਬਚਾਓ। ਸਰਕਾਰ ਸਾਡੀ ਹੋਵੇ ਉਹ ਤਿਆਰੀ ਕਰਦੇ ਨੇ, ਤੇ ਜੋ ਮੈਂ ਕਿਹਾ ਉਹਨਾਂ ਕੀਤਾ ਹੋਵੇ ਤੇ ਕਾਂਗਰਸ ਦੇ ਸਰਪਾਰ ਸਾਡੀ ਸਰਕਾਰ ਨੇ ਕੁਛ ਵੀ ਨਾ ਕੀਤਾ ਹੋਵੇ ਤੇ ਫਿਰ ਤੁਸੀਂ ਵੇਖ ਲਓ ਵੀ ਫਿਰ ਇਹ ਲੱਗੀ ਹੈ। ਗਾਦੀ ਦਾ ਮੇਰੇ ਵਰਗਾ ਮੈਂ ਚੀਫ ਮਿਨਿਸਟਰ ਤੇ ਜੋ ਮਹਿੰਦੇ ਵੀ ਕਿਸ ਤਰ੍ਹਾਂ ਇਹ ਕੰਮ ਹੁੰਦਾ, ਬੰਦੇ ਖਿਲਾ ਦਿੰਦੇ ਤੇ ਜਿੰਨਾ ਮਿਲ ਪੱਤਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਦੇ ਸਜ਼ਾ ਦਿੰਦੇ ਤੇ ਸਜ਼ਾ ਨਹੀਂ ਉਹ ਦਿੰਦੇ ਜਿਹੜੀ ਕਦੀ ਕਿਸੇ ਨੇ ਦਿੱਤੀ ਨਾ। ਅਕਾਲੀ ਦਲ ਦੇ ਵਿੱਚ ਜਿਹਨਾਂ ਅਕਾਲੀ ਦਲ ਦਾ ਸੱਤਿਆਨਾਸ਼ ਕਰ ਦਿੱਤਾ ਉਹਦਾ ਪ੍ਰਧਾਨ ਤੇ ਉਹਦਾ ਸਾਰਾ ਮਜੀਠੀ ਆ ਦੋਵੇਂ, ਜਿੰਨਾ ਚਿਰ ਤੱਕ ਉਹ ਲਾਂਭੇ ਨਹੀਂ ਹੁੰਦੇ ਕਿਸੇ ਨੇ ਮੇਰੇ, ਅਸੀਂ ਆਪਣੀ ਵੱਲੋਂ ਜਾਰੀ ਰੱਖਾਂਗੇ। ਇਹਨਾਂ ਅਕਾਲੀ ਦਲ ਦੇ ਵਿੱਚੋਂ ਕੱਢੋ, ਇਹ ਪਰਿਵਾਰ ਛੱਡ ਕੇ ਉਹਨਾਂ ਦੇ ਸਿਰ ਤੇ ਚੌਂਦਰਾ ਮਾਣ ਕੇ ਛੱਡ ਕੇ ਗਏ ਨੇ, ਤੇ ਜੋ ਲੋਕ ਚੰਗੇ ਹੁੰਦੇ ਤੇ ਸ਼ਾਇਦ ਸਰਦਾਰ ਜੀ ਸਿੰਘ ਬ੍ਰਹਮਰਾ ਸਾਹਿਬ ਦੇ ਨਾਲ ਚਲਾਉਂਦੇ। ਆਪਾਂ ਨੂੰ ਸਾਰਿਆਂ ਨੂੰ ਪਤਾ ਵਾ ਜਿਹੜੇ ਲੋਕ ਇਸ ਬਣ ਕੇ ਚਲਾਉਂਦੇ ਨੇ ਪਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰਦਾ ਉਹਨਾਂ ਦੀਆਂ ਝੋਲੀਆਂ ਭਰ ਦਿੰਦਾ ਵਾ।
ਨਾਮ ਦੇਵਾ ਨਾਮ ਕਰ ਅਸੀਂ ਉਹਨਾਂ ਦੇ ਗੋਲੀਆਂ ਚੜਾ ਦਿੱਤੀਆਂ, ਕੋਈ ਇਨਸਾਫ ਨਹੀਂ ਦਿੰਦਾ ਜੇ ਬਰਾਬਰਾ ਸਾਹਿਬ ਨੇ ਪਾਰਟੀ ਦੇ ਵਿੱਚ 2 ਸਾਲ ਇਨਸਾਫ ਮੰਗਿਆ ਤੇ ਕੀ ਉਹਨਾਂ ਨੇ ਗਲਤੀ ਕੀਤੀ? ਤੇ ਜਦੋਂ ਸਿਆਣੇ ਨੇ ਕਿਹਾ